ਮੰਮੀ ਕਿੱਦਾਂ ਫਿਰ? ਲਾਸਟ ਪ੍ਰੈਂਕ ਵੀਡੀਓ 'ਚ ਸਾਰਿਆਂ ਨੇ ਬਹੁਤ ਕਮੈਂਟ ਕੀਤੇ ਨੇ, ਜ਼ਿਆਦਾ ਕਮੈਂਟ ਆਇਆ ਜਸਲੀਨ ਕੋਲ ਜ਼ਿਆਦਾ, ਅਤੇ ਮੰਮੀ ਸ਼ੌਕ ਹੋ ਗਈ ਸੀ। ਮੰਮੀ ਕਿਉਂ ਸ਼ੌਕ ਹੋਏ ਸੋ, ਬੋਲੋ ਤੁਸੀਂ। ਪ੍ਰੈਂਕ ਵੀਡੀਓ ਬੋਲਣਾ। ਲਓ ਜੀ ਗਾਈਸ, ਸੈਕਿੰਡ ਵੀਕ ਹੋ ਗਿਆ ਕੰਪਲੀਟ ਆਲਰੇਡੀ, ਅਤੇ ਰੈਫਰੀਜੇਟਰ ਆਲਰੇਡੀ ਇੱਥੇ ਲੱਗਿਆ, ਅਤੇ ਬਸ ਇਹਨੂੰ ਜਾਣ ਦਾ ਸਮੇਂ ਇਹਦਾ। ਅਤੇ ਫਿਲਹਾਲ ਲਈ ਇਹ ਸੈਟਿੰਗ ਸੁਟਿੰਗ ਚੱਲ ਰਹੀ ਹੈ ਕਿਉਂਕਿ ਜਗ੍ਹਾ ਬਹੁਤ ਹੀ ਜ਼ਿਆਦਾ ਘੱਟ ਹੈ। ਅਤੇ ਜਸਲੀਨ ਦੇਖ ਲਓ ਕੀ ਹੈ ਜਿਸ ਨਾਲ ਆਪਾਂ ਪ੍ਰੈਂਕ ਕੀਤਾ ਸੀ। ਮੈਂ 50,000 ਦਿੱਤਾ ਐਡਵਾਂਸ, ਉਸ ਤੋਂ 40,000 ਕਿਸ਼ਤਾਂ ਦਿਆਂਗਾ। ਇਹਨੂੰ ਮੈਂ ਜਾਣ ਕਰਾਤਾ, ਮੰਮੀ ਐ ਰੋਣਾ ਪਾਈ ਕਰਦੀ ਹੈ। ਜਿਹਦਾ ਨਾਂ ਤੁਸੀਂ ਸਾਰੇ ਜਾਣਦੇ ਹੋ, ਰਮਦੀਪ ਵਲੌਗ। ਸੋ ਬਾਬੇ ਕਰਦੀ ਆ ਵਲੌਗ ਦੀ ਸਟਾਰਟਿੰਗ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਹੀ ਵਲੌਗ ਤੇ। ਫੇਸ ਕਾਫੀ ਜ਼ਿਆਦਾ ਆਰਾਮ ਆ ਚੁੱਕਿਆ ਗਾਈਸ, 2 weeks ਆਲਮੋਸਟ ਹੋ ਚੁੱਕੇ ਨੇ, ਅਤੇ ਆਪਾਂ ਖੜ੍ਹੇ ਹਾਂ ਤੁਹਾਡੇ ਲਈ ਯਾਰ। ਬੜੀ ਮੁਸ਼ਕਿਲ ਨਾਲ ਵਲੌਗ ਆਪਾਂ ਸ਼ੂਟ ਕਰ ਰਹੇ ਹਾਂ ਜਸਟ ਫੋਰ ਯੂ ਗਾਈਸ, ਠੀਕ ਹੈ। ਅਤੇ ਆਪਾਂ ਇਹਦੇ ਵਿੱਚ ਮਦਰ ਦੇ ਨਾਲ ਪ੍ਰੈਂਕ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਹੋ ਜਾਏ ਅੱਜ ਦੇ ਅੱਜ ਇਸੀ ਵਲੌਗ ਦੇ ਵਿੱਚ। ਅਤੇ ਵਿੱਚ ਆਈ ਨੋਟਿਸ ਦੈਟ ਕਿ ਤੁਸੀਂ ਪਿਛਲੇ ਵਲੌਗ ਦੇ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਪ੍ਰੈਂਕ, ਕਿਉਂਕਿ ਯੂ ਨੋ ਗਾਈਸ ਆਈ ਨੈਵਰ ਮੇਕ ਸਕ੍ਰਿਪਟਿਡ ਵੀਡੀਓਜ਼, ਠੀਕ ਹੈ ਨਾ। ਅਤੇ ਇਸ ਕਰਕੇ ਹੀ ਇਹ ਦੇਖੋ ਥੋੜ੍ਹਾ ਜਿਹਾ ਤਾਂ ਮੇਰਾ ਫੇਸ ਲੱਗਦਾ ਹੋਣਾ ਇਸ ਸਾਈਡ ਤੋਂ, ਸਵੈਲਿੰਗ ਹੈ ਕਿਉਂਕਿ ਦਵਾਈ ਵਗੈਰਾ। ਹਾਂ ਸੋ ਕੋਸ਼ਿਸ਼ ਕਰਾਂਗਾ, ਫੈਮਲੀ ਵਲੌਗ ਤਾਂ ਹੈ ਹੀ ਹੈ, ਰਾਦਰ ਦੈਨ ਦਿਸ ਪ੍ਰੈਂਕ ਵੀ ਥੋੜ੍ਹਾ ਬਹੁਤ ਇੰਕਲੂਡ ਕਰ ਲਾਂਗਾ। ਮੈਕਸੀਮਮ ਪਾਰਟ ਤੁਹਾਨੂੰ ਪਤਾ ਹੀ ਹੈ ਹਿਡਨ ਕੈਮਰੇ ਦੀ ਥੋੜ੍ਹਾ ਜ਼ਿਆਦਾ ਆਉਂਦਾ, ਇਸ ਕਰਕੇ ਆਈ ਵਿਲ ਟਰਾਈ ਮਾਈ ਬੈਸਟ ਗਾਈਸ, ਠੀਕ ਹੈ। ਸੋ ਆਈ ਹੋਪ ਇਸ ਵਲੌਗ ਨੂੰ ਵੀ ਪਿਛਲੇ ਵਲੌਗ 'ਚ ਬਹੁਤ ਜ਼ਿਆਦਾ ਪਿਆਰ ਦਿਓਗੇ, ਘੰਟੋ ਘੰਟ ਕਮੈਂਟ ਕਰੋਗੇ, ਅਤੇ ਮਿਲਦੇ ਹਾਂ ਅਤੇ ਦੇਖੋ ਫਿਰ ਇਸ ਵਲੌਗ ਨੂੰ ਗਾਈਸ ਦੇਖੋ। ਹੈਲੋ ਜੀ ਗਾਈਜ਼, ਆ ਗਿਆ ਨਵਾਂ ਫਰਿੱਜ ਜੋ ਆਰਡਰ ਕੀਤਾ ਸੀ, ਅਤੇ ਮਦਰ ਹਾਂਜੀ ਖੁਸ਼ ਹੈ? ਓ ਖੁਸ਼ ਹੈ ਕਿ ਨਹੀਂ? ਬਸ ਗੱਡੀ ਤੋਂ ਮਾਲ ਗੱਡੀ ਤੋਂ ਉਤਰ ਰਿਹਾ ਗਾਈਜ਼, ਇਹ ਬਹੁਤ ਜ਼ਿਆਦਾ ਖੁਸ਼ ਹੈ। ਹੁਣ ਇਹਨੂੰ ਆਪਾਂ ਕਰਾਂਗੇ ਪੁਰਾਣੇ ਵਾਲੇ ਨੂੰ ਬਾਏ ਬਾਏ, ਅਤੇ ਨਵੇਂ ਵਾਲੇ ਨੂੰ ਹਾਏ ਹਾਏ। ਆਓ ਜੀ ਆਓ, ਜਸੀ ਆਣਾ ਓਟੀਪੀ ਆਉਣ ਦਿਓ, ਆਇਆ ਨਹੀਂ ਵੀ ਅਜੇ। ਲਓ ਜੀ ਗਾਈਜ਼, ਨਵੇਂ ਦਿਨ ਦੇ ਨਾਲ ਨਵੀਂ ਸ਼ੁਰੂਆਤ ਹੈ, ਅਤੇ ਨਾਲੇ ਹੀ ਨਾਲੋ ਨਾਲ ਫਰਿੱਜ ਤੁਹਾਨੂੰ ਆਲਰੇਡੀ ਦੱਸਿਆ ਆ ਗਿਆ, ਅਤੇ ਸਫਾਈਆਂ ਵੀ ਨਾਲ ਨਾਲ ਚੱਲ ਰਹੀਆਂ ਨੇ ਮਾਂ ਧੀ ਦੀਆਂ, ਕਿਉਂਕਿ ਇਹ ਸੱਟਣਾ ਪੈਣਾ। ਮੰਮੀ ਕਿੱਦਾਂ ਫਿਰ? ਲਾਸਟ ਪ੍ਰੈਂਕ ਵੀਡੀਓ 'ਚ ਸਾਰਿਆਂ ਨੇ ਬਹੁਤ ਕਮੈਂਟ ਕੀਤੇ ਨੇ, ਜ਼ਿਆਦਾ ਕਮੈਂਟ ਆਇਆ ਜਸਲੀਨ ਕੋਲ ਜ਼ਿਆਦਾ, ਅਤੇ ਮੰਮੀ ਸ਼ੌਕ ਹੋ ਗਈ ਸੀ। ਮੰਮੀ ਕਿਉਂ ਸ਼ੌਕ ਹੋਏ ਸੋ, ਬੋਲੋ ਤੁਸੀਂ। ਪ੍ਰੈਂਕ ਵੀਡੀਓ ਬੋਲਣਾ, ਕਿਉਂ ਸ਼ੌਕ ਹੋਏ ਸੋ? ਮੰਮੀ ਡਰ ਗਏ ਸਨ? ਮੰਮੀ ਅੱਜ ਨਹੀਂ ਆਏ ਤੁਹਾਡੇ ਬੰਦੇ? ਸਾੜ ਦੇ ਯਾਰ, ਫਾੜ ਕੇ ਸੱਟ ਰਹੇ, ਸਾੜੋ, 2 ਮਿੰਟ ਸੱਟ ਜਾਏਗਾ, 2 ਮਿੰਟਾਂ ਸੱਟ ਜਾਏਗਾ। ਇਹ ਵੀ ਨੇ ਇਸੀ, ਕੁਛ ਇੰਪੋਰਟੈਂਟ ਆਇਆ ਤਾਂ ਅਸੀਂ ਦੇਖੀਏ, ਮੈਂ ਦੇਖਾਂ ਵਿੱਚ ਵਿੱਚ ਨਹੀਂ ਹੋਣਾ ਜੀ, ਉਹ ਗੱਤਾ ਹੋਵੇ ਦੇਖ। ਇਹ ਦੇਖ ਇਹ ਕੀ ਹੈ? ਉਹ ਮੈਨੂੰ ਮੇਲ 'ਤੇ ਆਏਗਾ,
ਉਹ ਸਭ ਕੁਝ ਮੈਨੂੰ ਮੇਲ ਤੇ ਆਏਗਾ, ਤੂੰ ਦੇ ਨਾ ਮੈਨੂੰ ਇਹ ਕੀ ਲਿਖਿਆ ਤਾਂ ਦੇਖਣਾ ਬਸ ਰਹਿ ਨਾ ਗਲਾਈ ਕਾ ਪਸੰਦ ਆ ਗਲਾ ਕਿੱਥੇ ਕਿਹਦੇ ਯਾਰ ਰੁਕੋ ਰੇ ਚੱਲੇ ਬਸ ਇੱਕ ਵਾਰ ਹੁਣੇ ਖੜਾ ਨਹੀਂ ਕਰੀ ਯਾਰ ਤੂੰ ਰਹਿਣ ਦੇ ਫਿਲਹਾਲ ਲਈ ਇਹ ਸੈਟਿੰਗ ਸੁਟਿੰਗ ਚੱਲ ਰਹੀ ਹੈ ਕਿਉਂਕਿ ਜਗ੍ਹਾ ਬਹੁਤ ਹੀ ਜ਼ਿਆਦਾ ਘੱਟ ਹੈ ਤੇ ਜਸਲੀਨ ਦੇਖ ਲਓ ਕੀ ਹੈ ਜਿਸ ਨਾਲ ਆਪਾਂ ਪ੍ਰੈਂਕ ਕੀਤਾ ਸੀ ਖੁੱਲ ਕੇ ਪ੍ਰੈਂਕ ਔਰ ਸਾਨੂੰ ਮਜ਼ਾ ਬਹੁਤ ਆਇਆ ਸੀ ਬਟ ਜਸਲੀਨ ਚੀਜ਼ ਦੱਸਾਂ ਇਹ ਉੱਥੇ ਸਹੀ ਲੱਗਦਾ ਇਹ ਉੱਥੇ ਲਗਾ ਵੀ ਸਕਦੇ ਅਸੀਂ ਬਟ ਹੈ ਇੱਥੇ ਇੱਥੇ ਕਰਨਾ ਬੰਦ ਕਿਉਂ ਹੋਏਗਾ ਗਾਇਸ ਮੈਂ ਸੋਚ ਰਿਹਾ ਸੀਗਾ ਇੱਥੇ ਲਾਉਂਦੇ ਹਾਂ ਬਟ ਆਉਂਦੇ 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 ਬੜੀਆ ਜਾ ਸਿੱਧਾ ਤਾਂ ਕਰ ਨਹੀਂ ਨਹੀਂ ਥੋੜ੍ਹਾ ਹੋਰ ਆਉਂਦੇ ਬੜੀ ਜਗ੍ਹਾ ਯਾਰ ਨਹੀਂ ਨਹੀਂ ਆਉਂਦੇ ਤੂੰ ਉੱਥੇ ਕੌਣ ਹੈ ਤੂੰ ਆਉਂਦੇ ਨਾ ਇਸ ਸਾਈਡ ਉਹ ਕਿਉਂ ਨਹੀਂ ਬੰਦ ਹੁੰਦਾ ਸੀ ਉਹ ਵਾਲਾ ਮੰਮੀ ਪਹਿਲੇ ਉਹ ਤਾਰ ਤੇ ਕੱਢਦੀ ਪਿੱਛੋਂ ਤਾਰ ਤੇ ਕੱਢਦੀ ਪਿੱਛੋਂ ਪਹਿਲੇ ਥੱਲੇ ਮਾਤਾ ਜੀ ਕਿਵੇਂ ਹੋ ਕੀ ਹਾਲ ਹੈ ਬੋਲੋ ਨਾ ਪਹਿਲੇ ਬੋਲੋ ਕੀ ਹਾਲ ਹੈ ਹੈਂ ਪਹਿਲੇ ਦੱਸਦੇ ਨਹੀਂ ਤੁਸੀਂ ਕੀ ਹਾਲ ਹੈ ਇੱਧਰ ਬੋਲੋ ਸਹੀ ਲਓ ਜੀ ਪੂਰੀ ਸੈਟਿੰਗ ਵਗੈਰਾ ਹੋ ਰਹੀ ਹੈ ਇੱਥੇ ਮਦਰ ਜਸਲੀਨ ਇਕੱਠੇ ਕਰ ਰਹੇ ਹਾਂ ਸਫਾਈ ਫੋਨ ਕੱਢਣਾ ਏ ਉਹ ਵੀ ਉੱਪਰ ਦਿਖੀ ਉੱਪਰ ਚੱਲ ਰਹੀ ਹੈ ਲਾਈਟ ਉੱਪਰ ਨਹੀਂ ਹੋਏਗੀ ਨਾ ਐਲਈਡੀ ਪੁੱਛਣਾ ਕਿ ਐਲਈਡੀ ਹੋਏਗੀ ਨੀ ਉੱਪਰ ਇਹ ਦੇਖਣਾ ਉੱਪਰ ਚੱਕ ਦਿਖਦੇ ਸਹੀ ਮੁਸ਼ਕਿਲ 89
ਮੰਮੀ ਆਪਣੀ ਚੀਜ਼ ਪੂਰੀ ਨਹੀਂ ਕਰਨੀ ਆਪਣੀ ਚੀਜ਼ ਪੂਰੀ ਨਹੀਂ ਕਰਨੀ ਤੁਹਾਡੇ ਤੋਂ ਸੁਣਨੀ ਆ ਤੁਹਾਡੇ ਸੁਪਨੇ ਪੂਰੇ ਕਰਨ 50,000 ਐਡਵਾਂਸ ਦਿੱਤਾ ਬਾਕੀ ਬਾਅਦ ਦੇ ਦਿਆਂਗਾ ਅਲਮਾਰੀ 50,000 ਦੀ ਹੈ ਲੱਖ ਰੁਪਏ ਲੱਗਦਾ ਆਪਣੀ ਮਰਜ਼ੀ ਆਉਂਦੀ ਹੈ ਤੁਹਾਡੀ ਆਪਣੀ ਰੁਕਦੇ ਹੋ ਬਸ ਟੈਂਕੀ ਪਾਣੀ ਹੁਣ ਉਹ ਆਏਗਾ ਤਾਂ ਨਾ ਸਿਸਟਮ ਆਪੇ ਸ਼ੇਰੀ ਕਹਿੰਦਾ ਆਪੇ 2 ਮਹੀਨੇ ਬਾਅਦ ਕਰਾਂਗਾ ਮੰਮੀ ਮੈਂ ਆਪਣੀ ਚੀਜ਼ ਨੀ ਲੈਣੀ ਆਪਣੀ ਚੀਜ਼ ਕਦੇ ਲੈਣੀ ਆਪਣੇ ਘਰ ਦੀ ਗੱਲ ਦਸ ਬੰਦੇ ਉਹਨੇ ਛੱਡਣ ਦਾ ਤੁਸੀਂ ਮੇਰੇ ਨਾਲ ਗੱਲ ਕਰੋ ਲੋਕ ਸੇਵ ਕਰਦੇ ਮੰਮੀ ਮੇਰੀ ਗੱਲ ਸੁਣੋ ਮੈਂ 2 ਸਾਲ ਹੋ ਗਏ ਮੈਨੂੰ ਘੜੀ ਲੈਣੀ ਹੈ ਤੇ ਮੈਂ ਲੈਣੀ ਨਹੀਂ ਹੈ 2 ਸਾਲ ਪਹਿਲੇ ਲੈ ਲੈਣਾ ਘੜੀ ਨਹੀਂ ਲੈਣੀ ਮੈਂ ਕੋਈ ਤੂੰ ਆਪਣੇ ਤੋਂ ਬੋਲਦੀ ਮੈਨੂੰ ਇਹ ਪੀਣਾ ਉਹ ਪੀਣਾ ਤੈਨੂੰ ਪੂਰਾ ਹੁੰਦਾ ਠੀਕ ਹੈ ਤੇ ਨਾ ਕਰਾਂ ਮੈਂ ਕਹਿੰਦਾ ਨਹੀਂ ਤੇ 20-30 ਰੁਪਏ ਕੀ ਪੀਣਾ ਹੋਇਆ ਕੀ 20-30 ਰੁਪਏ ਕੀ ਪੀਣਾ ਹੋਇਆ ਪੀਂਦੇ ਨੇ ਆ ਨਾ ਇੰਨੀ ਮਹਿੰਗੀ ਲੈਣੀ ਕਿ ਲੋੜ ਹੈ ਇਸ ਮੁੰਡੇ 20-30 ਰੁਪਏ ਕੀ ਚੁੱਕਦੇ ਸੁਪਰ ਬਾਈਕ ਲੈਣੀ ਲੈਣੀ ਹੈ ਜੋ ਮਰਜ਼ੀ ਹੋ ਜਾਏ ਕੋਈ ਗੱਲ ਨੀ ਬਿਮਾਰ ਪਾਲ ਕੇ ਕਰੋ ਮੈਨੂੰ ਵੀ ਪਾਲ ਤੈਨੂੰ ਹੁਣ ਬਾਰ ਬਾਰ ਮੂੰਹ ਖੋਲੀ ਨਾ ਬੋਲੋ ਤੁਸੀਂ ਬੜਾ ਚਾਰਜਾ ਕਰਦੇ ਮੈਂ ਚਾਰਜਾ ਕਰਦਾ
ਮੰਮੀ ਦਿਮਾਗ ਵਾਲ ਕਰ ਲੱਸੀ ਪੀਣ ਦੇ ਮੈਂ ਡੋਲ ਦੇਣੀ ਹੈ ਡੋਲ 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 ਕੋਈ ਸਾ ਵੀ ਮੈਂ ਡੋਲ ਇਹਦੀ ਵੀ ਡੋਲ ਦੇਣੀ ਜਿਹਨੇ ਪੀਣੀ ਹੈ ਇਹਦੀ ਵੀ ਡੋਲ ਦੇਣੀ ਤੈਨੂੰ ਦੀ ਯਾਰ ਰੱਖੀ ਡੋਲ ਦੱਸੀ ਵੇ ਦੇ ਆਹ ਦੇ ਵਿੱਚ ਲੱਗੀ ਚੱਲ ਡੋਲ ਦੱਸੀ ਵੇ ਲੱਗੀ ਚੱਲ ਡੋਲ ਦੱਸੀ ਸ਼ਰਤ ਲਾਉਣਾ ਫਿਰ ਮੈਂ ਲੇਟਰ ਦੇ ਅੱਧਾ ਘੰਟਾ ਲੇਟਰ ਦੇਣਾ ਦਿਮਾਗ ਨਾ ਪਾਲ ਕਰੇ ਹੁਣ ਮੰਮੀ 50,000 ਰੁਪਏ ਦੇਣਾ ਅਜੇ ਮੈਂ ਦੇ ਬੈਠੇ 50 ਰੁਪਏ ਬਾਕੀ ਹੋਰ 40,000 ਦੇ ਦੇ ਦੇਗਾ ਆਪੇ ਕਿਸ਼ਤਾਂ ਦੇ ਦੇਗਾ 40,000 ਰੁਪਏ ਮੈਨੂੰ ਦੇਣਾ ਕੋਈ ਗੱਲ ਨੀ ਕੁਛ ਨੀ ਹੁੰਦਾ ਕੌਣ ਦੇਣਾ ਕੁਛ ਨੀ ਹੁੰਦਾ ਕੌਣ ਮੇਰੇ ਆਰਮੇ ਬਣਾ ਦੇ 80,000 ਰੁਪਏ ਜਿਸ ਨੂੰ ਨਿਕਲ ਗਿਆ ਐਪਲ ਦੇ ਉਸ ਵਾਸਤੇ ਮੇਰੇ ਸੇ ਆਰਮੇ ਬਣਾ ਚੀਜ਼ਾਂ ਵਾਸਤੇ ਠੀਕ ਹੈ ਕਹਿੰਦੇ ਸ਼ਾਰਾ ਸ਼ਾਰਾ ਕੀ ਕਹਿੰਦੇ ਮੇਰ ਨਹੀਂ ਥੋੜੀ ਹੈ ਲੱਭ ਤਾਂ ਥੋੜਾ ਥੋੜਾ ਮੈਨੂੰ ਕਿੰਨਾ 50,000 ਚੱਪਲ ਦੋ ਮੰਮੀ ਚੱਪਲ ਮਾਰੋ ਕੋਈ ਮਜ਼ਾ ਹੀ ਆ ਜਾਏ ਇਹ ਸਹੀ ਹੋ ਜਾਏ ਫਿਰ ਉਹ ਲੋ ਜੀ ਗਾਈਜ਼ ਲੱਸੀ ਆ ਸੀ ਆ ਗਈ ਸੀਗੀ ਨਾਲ ਵਿੱਚ ਕੋਈ ਆਪਣਾ ਡੈਮੋ ਵਾਲੇ ਦਾ ਫੋਨ ਵੀ ਆ ਗਿਆ ਸੀਗਾ ਫਰਿੱਜ ਆਰਡਰ ਕਰਾਇਆ ਉਹਨਾਂ ਨੇ ਡੈਮੋ ਵਗੈਰਾ ਦੇਣਾ ਤਾਂ ਕਰਕੇ ਵੇਟ ਕਰ ਰਹੇ ਅਸੀਂ ਦੇਖੀ ਬਾਹਰ ਆਏ ਤੇ ਹੋਣੇ ਠੀਕ ਹੈ ਅਤੇ ਮਦਰ ਥੋੜ੍ਹਾ ਗੁੱਸਾ ਕਰ ਰਹੇ ਨੇ ਮੰਮੀ ਕਿਉਂ ਮੰਮੀ ਵਾਏ ਮੰਮੀ ਵਾਟ ਹੈਪਨ ਲੋ ਜੀ ਆਪਾਂ ਕਰਦੇ ਹਾਂ ਲੱਸੀ ਇੰਜੋਏ ਫਿਰ ਲੱਸੀ ਪੀ ਕੇ ਤੁਹਾਨੂੰ ਮਿਲਦੇ ਹਾਂ ਤੇਰੇ ਲਈ ਹੈ ਨਾਜ਼ ਓ ਨਾਜ਼ ਤੂੰ ਗੁੱਤੂ ਕੀਤੀ ਦੀ ਅੱਜ ਮੰਮੀ ਓ ਮੰਮੀ ਕਰਦੇ ਹਾਂ ਫਿਰ ਕੈਂਸਲ ਕਰਦੇ ਹਾਂ ਨਾਨੂ ਕੋ ਤੈਨੂੰ ਨਾਨੂ ਕੋ ਤੈਨੂੰ ਕੈਂਸਲ ਕਰਦੇ ਹਾਂ ਖੜੀ ਕੈਂਸਲ ਕਰਦੇ ਹਾਂ ਦੇਖੇ ਸਾਹਮਣੇ ਵਿਊ ਆ ਰਹੀ ਕਿਹੜੀ ਦਾ ਬੋਲ ਜਲਦੀ ਬੋਲ ਕੈਂਸਲ ਕਰਾ ਫਿਰ ਬਾਅਦ ਹੀ ਰਿਟਰਨ ਪਾਲਿਸੀ ਵੀ ਨਹੀਂ ਹੋਣੀ ਲੁਕਾਸ ਹੈ ਤੇ ਗਿਆ ਦੂਆ ਫੋਨ ਉਹ ਫੜਾ ਕੀ ਦਿੱਤੀ ਹੈ ਕੀ ਦਿੱਤੀ ਹੈ ਫੜਾ ਉਹਨੂੰ ਮੋਏ ਮੋਏ ਇਹ ਲੈ ਜਾ ਨੀ ਬੋਲ ਉਸ ਸਵਰੀ ਕੋ ਪਹਿਲੇ ਦੱਸੋ ਨਾ ਯਾਰ ਹੈ ਕਰਾਂ ਕੈਂਸਲ ਬੋਲੋ ਨਾ ਫਿਰ ਕਰਾਂਗੇ ਤੁਹਾਨੂੰ ਮੇਰੀ ਕਸਮ ਬੋਲੋ ਜਲਦੀ ਬੋਲੋ ਦੇਖੋ ਤੇ ਸਹੀ ਕੜੀ ਅੱਛੀ ਹੈ ਕਿ ਨਹੀਂ ਹੈ ਬਸ ਤੁਹਾਡੇ ਪੁੱਤਰ ਦੀ ਚੀਜ਼ ਹੈ ਫੇਵਰੇਟ ਤੁਹਾਨੂੰ ਪਸੰਦ ਨਹੀਂ ਹੈ ਮੰਮੀ 89,000 ਦੀ ਹੈ ਨਹੀਂ 90,000 ਦੀ ਟੋਟਲ 50,000 ਕਰ ਬੈਠੇ ਦਾ
ਵਾਪਸ ਆ ਜਾਏਗਾ ਉਹਨੂੰ ਕਰਾਂਗਾ ਅੱਜ ਦੇ ਦਿਨ ਤੇ ਵਾਪਸ ਆ ਜਾਏਗਾ ਘਰ ਵਾਪਸ ਲੈਂਡ ਲੈਂਡ ਲੋਡ ਜਿਵੇਂ ਕੀ ਲੋਡ ਹੈ ਫਿਰ ਕਿਹੜੀ ਘੜੀ ਦਾ ਲੈਣੀ ਵੀ ਘੜੀ ਦੇ ਲਈਏ ਤੇ ਮੰਮੀ ਉਹ ਦੂਜੀ ਐ ਐਂਡਰੋਇਡ ਹੈ ਆਈਫੋਨ ਦੀ ਨਹੀਂ ਚੱਲੀ ਗਈ ਦੇਖੀ ਮੰਮੀ ਕਮਲ ਨਹੀਂ ਚੱਲੀ ਗਈ ਯਾਰ ਸੋਨੇ ਚੀ ਲੈ ਜੀ ਕਿਸੇ ਕੋ ਉਹ ਵੀ ਹੈ ਇਹਦੀ ਵੀ ਰੀਸੇਲ ਹੈ ਨਾ ਵਿਕ ਵੀ ਜਾਂਦੀ ਹੈ ਇਹ ਵੀ ਆਈ ਦੀ ਰੀਸੇਲ ਵੀ ਹੈ ਇੱਕ ਇਹ ਵਿਕਦੇ ਕਿਉਂ ਨਹੀਂ ਵਿਕਦੇ ਮੰਮੀ ਸੋਨਾ ਵਿਕ ਵੀ ਜਾਂਦਾ ਚੱਲ ਤਨੂ ਕੜੀ ਠੀਕ ਲੱਗੀ ਤੈਨੂੰ ਬੋਲ ਯਾਰ ਤਨੂ ਫੋਨ ਤੇ ਲੱਗੀ ਪਹਿਲੇ ਬੋਲ ਯਾਰ ਨਹੀਂ ਨਹੀਂ ਮੈਨੂੰ ਨਹੀਂ ਚੱਲਦੀ ਬਸ ਪੂਰੇ ਕੜਾ ਲੈ ਹੁੰਦਾ ਵਿਕ ਵੀ ਜਾਂਦਾ ਕੜੇ ਕੜੇ ਸੋਨੇ 90,000 ਦਾ ਹੁੰਦਾ ਕਰ ਲਈ ਜਾਂਦਾ ਬੋਲੋ ਮੰਮੀ ਕੜਾ ਕੈਂਸਲ ਕੀ ਨਹੀਂ ਕਰਾ ਬੋਲੋ ਨਾ ਫਿਰ ਲੋ ਜੀ ਗਾਈਸ ਮੰਮੀ ਬਣ ਗਈ ਫਿਰ ਬੇਵਕੂਫ ਆਪਾਂ ਆਰਡਰ ਨਹੀਂ ਕੀਤਾ ਸੀਗਾ ਤੁਹਾਨੂੰ ਪਤਾ ਹੀ ਹੈ ਜਿਵੇਂ ਇਹ ਦੇਖੋ ਜਸਟ ਆਪਾਂ ਕਾਰਡ ਤੇ ਰੱਖਿਆ ਤੁਹਾਨੂੰ ਕੀ ਪਤਾ ਸੀ ਚਲੋ ਮੰਮੀ ਦਾ ਤੁਸੀਂ ਰਿਐਕਸ਼ਨ ਦੇਖ ਹੀ ਲਿੱਤਾ 15 ਮਿੰਟ ਤੋਂ ਆਪਾਂ ਵਲੌਗ ਬਣਾ ਰਹੇ ਸੀਗੇ ਇੱਥੇ ਇੱਥੇ ਰੱਖ ਕੇ ਓਹੋ ਤੁਹਾਨੂੰ ਪਤਾ ਲੋ ਗਾਈਸ ਅਜਾ ਆਪਾਂ ਕਾਰਡ ਤੇ ਰੱਖਿਆ ਤੁਸੀਂ ਦੱਸੋ ਲੈਣੀ ਚਾਹੀਦੀ ਕਿ ਨਹੀਂ ਲੈਣੀ ਚਾਹੀਦੀ ਹੈ ਮੰਮੀ ਤੁਸੀਂ ਦੱਸੋ ਹੁਣ ਸੱਚ ਦੱਸੋ ਲੈਣੀ ਚਾਹੀਦੀ ਕਿ ਨਹੀਂ ਕਿਉਂ ਮੰਮੀ ਨੂੰ ਆਪਾਂ ਪ੍ਰੈਂਕ ਕਰਤਾ ਗਾਈਸ ਵਾਪਸ ਕਿਉਂਕਿ ਸ਼ੀ ਡੋਂਟ ਨੋ ਐਨੀਥਿੰਗ ਔਰ ਆਪਾਂ ਇਹਨਾਂ ਨੂੰ ਪ੍ਰੈਂਕ ਕਰਤਾ ਐਸ ਪ੍ਰੋਮਿਸ ਤੁਹਾਡੇ ਸਾਹਮਣੇ ਆਪਾਂ ਰੱਖ ਦਿੱਤਾ ਪੂਰਾ ਪੂਰਾ ਹਾਂਜੀ ਬੋਲੋ ਹੁਣ ਤੇਰੇ ਕਰਕੇ ਤੇਰੇ ਕਰਕੇ ਟਕ 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 ਲੋ ਜੀ ਫਾਈਨਲੀ ਮਦਰ ਆਪਣੀ ਨਾਲ ਪ੍ਰੈਂਕ ਹੋ ਚੁੱਕਿਆ ਤੇ ਬਹੁਤ ਬਹੁਤ ਮਜ਼ਾ ਆ ਰਿਹਾ ਪ੍ਰੈਂਕ ਕਰਕੇ ਮੰਮੀ ਨਾਲ ਤੇ ਮੰਮੀ ਤੁਹਾਨੂੰ ਕੈਸਾ ਲੱਗਾ ਹਮਾਰਾ ਪ੍ਰੈਂਕ ਤੈਨੂੰ ਵੀ ਸੀ ਪ੍ਰੈਂਕ ਦੇ ਵਿੱਚ ਤੈਨੂੰ ਤੂੰ ਵੀ ਤੈਨੂੰ ਤੂੰ ਸੁਣਦੀ ਕਿਉਂ ਨਹੀਂ ਆਪਣੀ ਵਾਰ ਪ੍ਰੈਂਕ ਦੇ ਵਿੱਚ ਸੀ ਨਾ ਤੂੰ ਵੀ ਗੱਲ ਕੀ ਕਰਨੀ ਹੈ ਪੈਸੇ ਕੀਆਂ ਲੈਣੇ ਕਿਸੇ ਦੇ ਤੇ ਲੈ ਕੇ ਵਾਪਸ ਨਹੀਂ ਦੇਣੇ ਇਹਾਂ ਤੁਸੀਂ ਇਹਾਂ ਤੁਸੀਂ ਇਮਾਨਦਾਰ ਹੋ ਕਹਿੰਦੇ ਇਮਾਨਦਾਰ ਹੋ ਤੇ ਨਾ ਦੇ ਇਮਾਨਦਾਰ ਇਮਾਨਦਾਰੀ ਹੁੰਦੀ ਹੈ ਪੈਸੇ ਚੁੱਪ ਕਰਕੇ ਪੂਰੇ ਪੂਰੇ ਹੱਥ ਦੇ ਉਸ ਤੋਂ ਬਾਅਦ ਮਰਜ਼ੀ ਆਉਂਦੀ ਹੈ ਇਮਾਨਦਾਰੀ ਇਹ ਨਹੀਂ ਹੁੰਦੀ ਕਿ ਲੈ ਕੇ ਆਪਣੇ ਕੋਲ ਰੱਖ ਲਿੱਤੇ ਜਾਣ ਮੈਨੂੰ ਆਏ ਨਾ ਆਏ ਕਿ ਹੋਇਆ ਮੇਰੇ 580 ਮੇਰੇ ਤੇ ਪਤਾ ਚੱਲਿਆ ਨਾ ਹਾਂ ਤੁਹਾਨੂੰ ਕੀ ਲੈਣਾ ਇਮਾਨਦਾਰੀ ਕੀ ਚੀਜ਼ ਹੁੰਦੀ ਪੈਸੇ ਚੁੱਕ ਕੇ ਜਿਸ ਜੋ ਮਾਲਕ ਹੁੰਦਾ ਉਸਦੇ ਹੱਥ ਹੀ ਦਿੱਤੇ ਜਾਣ ਤੁਸੀਂ 1 ਮਹੀਨੇ ਤੋਂ 1 ਮਹੀਨੇ ਤੋਂ ਚੋਰੀ ਕੀਤੀ ਦੀ ਹੈ ਸੂਦ ਵੀ ਚੜਦਾ ਉੱਪਰ ਸੂਦ ਵੀ ਚੜਦਾ 300 ਰੁਪਿਆ ਉਹ ਪੂਰੇ ਕਰ ਲਾਂਗਾ ਟਿਊਸ਼ਨ ਦੀ ਫੀ ਦੇ ਟਿਊਸ਼ਨ ਦੀ ਫੀ ਤੁਸੀਂ ਕਿਤੇ ਦੋਗੇ ਟਿਊਸ਼ਨ ਦੀ ਫੀ ਨਹੀਂ ਦੇਣੀ ਦੇਣੀ ਹੈ ਤੁਸੀਂ ਦੋਨੇ ਦੇਣੀ ਹੈ ਪਾਪੇ ਤੇਰੀ ਦੇਣੀ ਨਹੀਂ ਟਿਊਸ਼ਨ ਦੀ ਫੀ ਪੂਰੇ ਪੂਰੇ ਕਰਾ ਲਾਂਗਾ ਮੈਂ ਪੈਸੇ ਨਹੀਂ ਕੱਢਾਂਗਾ ਲੱਗੀ ਸ਼ਰਤ ਲਾਓ ਕਿੰਨੇ ਲਾਣੀ ਦੇਣੇ ਤੁਹਾਨੂੰ ਚਾਹੀਦੇ ਨੇ 300 ਰੁਪਏ ਕਿੰਨੇ ਖਿਲਾਣਾ ਚਾਹੀਦਾ ਤੁਹਾਨੂੰ ਕਿਉਂ ਖਿਲਾਣਾ ਚਾਹੀਦਾ ਮੈਂ ਸਾਂ ਚੁੱਕੇ ਦਾ ਕਿ ਖਿਲਾਣਾ ਤੁਹਾਨੂੰ ਤੁਹਾਡੇ ਪੈਸੇ ਲੱਭੇ ਤੁਸੀਂ ਕਦੋਂ ਖਿਲਾਓਗੇ ਤੁਸੀਂ ਕਦੋਂ ਖਿਲਾਓਗੇ ਅਸੀਂ ਖਿਲਾਵਾਂਗੇ ਕਦੋਂ ਤੁਸੀਂ ਚੁੱਪ ਕਰਨਾ ਯਾਰ ਤੂੰ ਕਿੰਨੂੰ ਖਿਲਾਵਾਂਗੇ ਤੁਸੀਂ ਕਦੋਂ ਖਿਲਾਓਗੇ ਨੂੰ ਤੇ ਅਸੀਂ ਵੀ ਤੂੰ ਖਿਲਾਵਾਂਗੇ 31 ਨੂੰ ਇਹ ਲੈ ਫਿਰ ਰਹਿਣ ਦੋ ਲੋ ਜੀ ਗਾਈਸ ਆਪਣਾ ਪ੍ਰੈਂਕ ਤੁਹਾਨੂੰ ਦੱਸ ਦਿੱਤਾ ਮੰਮੀ ਨਾਲ ਹੋ ਚੁੱਕਿਆ ਫੁੱਲ ਫੁੱਲ ਤੁਸੀਂ ਦੇਖੀ ਲਈ ਵੀਡੀਓ ਤੇ ਅੰਦਰ ਜਾ ਕੇ ਮੰਮੀ ਜਸਲੀਨ ਕੋਲੋਂ ਪੁੱਛ ਰਹੀ ਸੀ ਕੋਈ ਜਸਲੀਨ ਕੀ ਪੁੱਛ ਰਹੀ ਮੰਮੀ ਕਮੈਂਟ ਕਰ ਸਨ ਜਸਲੀਨ ਕੋ ਜ਼ਿਆਦਾ ਮੰਮੀ ਡਰੀ ਦੀ ਸੀ ਜੱਸੀ ਕਾ ਮੋਏ ਮੋਏ ਹੁਆ ਜੱਸੀ ਕਾ ਮੋਏ ਮੋਏ ਹਾਂਜੀ ਗਾਈਸ ਕਿੱਦਾਂ ਫਿਰ ਸਾਰੇ ਰੋਟੀ ਰੋਟੀ ਖਾ ਕੇ ਗਾਈਸ ਆਪਾਂ ਡਿਨਰ ਡੁਨਰ ਕਰਤਾ ਡਨ ਅਤੇ ਆਲਰੇਡੀ ਤੁਹਾਨੂੰ ਦੱਸਿਆ ਹੋ ਗਏ ਨੇ ਆਲਮੋਸਟ 2 ਵੀਕ ਕੱਲ੍ਹ ਨੂੰ 2 ਹਫ਼ਤੇ ਹੋ ਜਾਣਗੇ ਮੇਰੇ ਪੈਰ ਦੇ ਫਰੈਕ ਆਪਣਾ ਪਲਾਸਟਰ ਹੋਏ ਨੂੰ
ਤੇ ਕੱਲ ਤੋਂ ਬਾਅਦ ਇੱਕ ਚੀਜ਼ ਇਹ ਹੋ ਸਕਦੀ ਹੈ, ਪੋਸੀਬਿਲਿਟੀ ਹੈ ਕੱਲ ਤੋਂ ਹੀ ਕਿ ਆਪਾਂ ਚੱਲ ਸਕਦੇ ਹਾਂ, ਮਤਲਬ ਕਿ ਤੈਨੂੰ ਉਹ ਦੇਖ ਕਹਿੰਦਾ ਚਲੋ ਨਿਕਲੋ ਔਰ ਸਾਨੂੰ ਵੀ ਕੱਢੋ ਅੰਦਰੋਂ ਬਾਹਰ ਹੈਂ। ਅੱਛਾ ਸੋ ਗਾਈਜ਼ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਖੁਸ਼ਖਬਰੀ ਇਹ ਹੈ ਕਿ ਚਲੋ ਐਟਲੀਸਟ ਮੈਂ ਪੈਰ ਦੇ ਉੱਪਰ ਦਮ ਰੱਖ ਸਕਦਾ ਅਤੇ ਚੱਲ ਸਕਦਾ ਥੋੜ੍ਹਾ ਬਹੁਤ, ਠੀਕ ਹੈ ਨਾ, ਨੋਟ ਟੂ ਮੱਚ ਬਟ ਚੱਲ ਸਕਦਾ। ਅਤੇ ਮੈਡਮ ਹੁਣੇ ਆਪਣਾ ਬਿਸਤਰਾ ਬੁਸਤਰਾ ਸੈੱਟ ਕਰ ਰਹੇ ਨੇ ਮੇਰਾ, ਕਿਉਂਕਿ ਇਹ ਸਾਨੂੰ ਫੀਲ ਕਰਾ ਰਹੇ ਨੇ ਜਸਟ ਲਾਈਕ ਅ ਵੀ ਆਈ ਪੀ ਟ੍ਰੀਟਮੈਂਟ ਆਈ ਐਮ ਗੈਟਿੰਗ ਫਰੋਮ ਹਰ, ਠੀਕ ਹੈ ਤੈਨੂੰ। ਸੋ ਕੈਸਾ ਲੱਗ ਰਿਹਾ ਮੈਨੂੰ ਵੀ ਆਈ ਪੀ ਟ੍ਰੀਟਮੈਂਟ ਦੇ ਕੇ ਤੁਹਾਨੂੰ? ਬਹੁਤ ਅੱਛਾ। ਕਿੰਨੀ ਦੇਰ ਤੱਕ ਰਹੇਗਾ? ਮਹੀਨਾ ਤੱਕ। ਕਿਉਂ ਇਹ ਮਹੀਨਾ ਕਿਉਂ, ਉਸ ਤੋਂ ਬਾਅਦ ਕਿਉਂ ਨਹੀਂ? ਤੈਨੂੰ ਮੰਮੀ ਨੂੰ ਪ੍ਰੈਂਕ ਕਰਨ ਦਾ ਕਿੰਨਾ ਮਜ਼ਾ ਆਇਆ ਨਾ, ਪ੍ਰੈਂਕ ਕਰਨ ਦਾ ਮਜ਼ਾ ਆ ਗਿਆ ਗਾਈਜ਼ ਬਹੁਤ ਜ਼ਿਆਦਾ। ਸੈਕਿੰਡ ਪ੍ਰੈਂਕ ਹੋ ਗਿਆ, ਬਟ ਕੋਸ਼ਿਸ਼ ਤਾਂ ਮੈਂ ਕਰਦਾ ਡੇਲੀ ਵਲੌਗ ਆਏ। ਐਕਚੁਲੀ ਡਿਊ ਟੂ ਦਿਸ ਮੈਂ ਨਾ ਪਰਨਾ ਬੰਦ ਪਾ ਰਿਹਾ ਨਾ ਤਿਆਰ ਹੋ ਪਾ ਰਿਹਾ ਹੈ। ਯੈਸ ਵਾਟਰਮੈਲਨ ਪੱਕਾ ਖਾਏਂਗੇ ਗਾਈਜ਼, ਟਾਈਮ ਹੋ ਚੁੱਕਿਆ ਆਲਮੋਸਟ 11:30 ਤੇ ਵਾਟਰਮੈਲਨ ਖਾਵਾਂਗੇ। ਲੰਗਰ ਪਾਣੀ ਆਪਾਂ ਛੱਕ ਲਿੱਤਾ, ਇੰਜੋਏ ਕਰ ਰਹੇ ਹਾਂ, ਵਾਟਰਮੈਲਨ ਲੈ ਕੇ ਆਓ ਤੈਨੂੰ ਜੀ, ਜਾਓ ਜੀ। ਇਹ ਬੀਵੀ ਨੂੰ ਦੇਣਾ ਸੀ ਯਾਰ, ਤੈਨੂੰ ਜੀ ਜਾਓ ਨਾ ਤੈਨੂੰ। ਹੈਲੋ ਕਿ ਲੈ ਰਹੀ ਹੈ, ਜਾਣਾ ਜਾਣਾ ਪਹਿਲਾਂ ਲੈ ਕੇ ਆਉਣਾ ਯਾਰ ਪਲੀਜ਼। ਕੀ ਕਰਾਂ ਬੋਲ, ਹਾਂ ਕਿਆ ਹੋਊਗਾ ਆਪਕੋ, ਵਾਟਰਮੈਲਨ ਲੈ ਕੇ ਜਾ। ਕਿਉਂ ਇਧਰਾ ਦੋ ਗੱਲਾਂ ਕਰੀਏ ਇਧਰਾ, ਉਹ ਕਹਿੰਦੇ ਸਾਰੇ ਕਹਿੰਦੇ ਅਸੀਂ ਗੱਲਾਂ ਨਹੀਂ ਕਰਦੇ ਇਧਰਾ, ਤੁਹਾਡੀ ਵਾਈਫ ਬਿਲਕੁਲ ਨਹੀਂ ਆਉਂਦੀ ਇਧਰ, ਇਧਰ ਮੇਰੇ ਕੋਲ ਬੈਠ ਇਧਰ ਜਾਣਦੀ ਹੈ ਮੁਝੇ, ਪੈਰ ਵੀ ਆਈ ਮੇਰਾ, ਕਿਉਂ ਨਹੀਂ ਗੱਲ ਕਰਦੀ? ਸਾਰੇ ਕਹਿੰਦੇ ਨੇ ਕਿ ਸਾਡੇ ਨਾਲ ਗੱਲ ਕਰਿਆ ਕਰੋ, ਪੁੱਛਿਆ ਕਰੋ ਕਿ ਹਾਲ ਚਾਲ ਹੈ, ਵਲੌਗ ਦੇ ਵਿੱਚ ਇਨਵੋਲਵ ਹੋਇਆ ਕਰੋ। ਕਿਉਂ ਨਹੀਂ ਹੁੰਦੀ ਦੱਸ, ਕਰੇਗੀ ਸ਼ੀ ਇਜ਼ ਨੋਟ ਫੀਲਿੰਗ ਵੈਲ, ਜਦੋਂ ਪ੍ਰੋਪਰਲੀ ਠੀਕ ਹੋ ਜਾਏਗੀ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਤੇ ਆਪਾਂ ਇਹਨੂੰ ਇਨਵੋਲਵ ਕਰਾਂਗੇ ਪ੍ਰੋਪਰਲੀ। ਕਿਉਂ ਤੈਨੂੰ ਤੇ ਥੋੜਾ ਹਾਏ ਹੈਲੋ ਤਾਂ ਕਰ ਲਿਆ ਕਰੋ, ਸਤਿ ਸ਼੍ਰੀ ਅਕਾਲ ਕਿੱਦਾਂ ਕੇ ਚੱਕਰ ਕੇ ਵਗੈਰਾ, ਹੈਲੋ 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 ਹਾਏ ਹੈਲੋ ਸਤਿ ਸ਼੍ਰੀ ਅਕਾਲ, ਕੁਛ ਕੈਸੇ ਹੋ, ਕੁਛ ਪੁੱਛ ਤੇ ਸਹੀ। ਇਹ ਤਾਂ ਫਿਰ ਇਸ ਤਰ੍ਹਾਂ ਹੀ ਹੋ ਜਾਏਗਾ ਨਾ ਕਿ ਤੁਸੀਂ ਬੋਲ ਰਹੇ ਹੋ ਤੇ ਫਿਰ ਮੈਂ, ਚੱਲ ਨਾ ਤੂੰ ਪੁੱਛ ਨਾ, ਫਿਰ ਨੈਚੁਰਲ ਬੋਲਾਂਗੀ ਨਾ, ਫਿਰ ਨੈਚੁਰਲ ਬੋਲਣਾ ਬੋਲਾਂਗੀ ਅਗਲੇ ਵਲੌਗ ਤੇ ਬੋਲਾਂਗੀ ਨੈਚੁਰਲ ਕੀ ਬਿਲਕੁਲ, ਅਗਲੇ ਵਲੌਗ ਤੇ ਜਿਵੇਂ ਤੈਨੂੰ ਲਿਆਈ ਨਾ ਫਿਰ, ਉਹ ਜ਼ਿਆਦਾ ਅੱਛੀ ਗੱਲ ਹੈ ਕਿਉਂਕਿ ਉਹ ਤੇਰੀ ਬੇਇੱਜ਼ਤੀ ਹੋ ਜਾਏਗੀ ਉਸ ਵਿੱਚ, ਕਿਉਂ ਮੈਂ ਤੈਨੂੰ ਲਿਆ ਨਹੀਂ ਰਿਹਾ। ਐਕਚੁਅਲੀ ਮੈਂ ਅਗਲਾ ਵਲੌਗ ਆਪਾਂ ਤਿਆਰ ਹੋਣਾ ਥੋੜਾ ਥੋੜਾ, ਕਿਉਂਕਿ ਅਗਲਾ ਵਲੌਗ ਗਾਈਜ਼ ਆਏਗਾ ਕਿਊ ਐਨ ਏ ਵਲੌਗ ਮੇ ਬੀ, ਠੀਕ ਹੈ, ਤੇ ਕੁਐਸਚਨਸ ਵਗੈਰਾ ਪੁੱਟ ਕਰੋ ਥੋੜੇ ਹੋਰ, ਫਿਰ ਜਾ ਕੇ ਜਦੋਂ ਡੇਟਾ ਕਲੈਕਟ ਹੋ ਜਾਏਗਾ ਪ੍ਰੋਪਰ ਤਾਂ ਵਲੌਗ ਬਣਾਵਾਂਗੇ ਕਿਊ ਐਨ ਏ, ਠੀਕ ਹੈ। ਅਜੇ ਪ੍ਰੋਪਰ ਕੁਐਸਚਨਸ ਆਏ ਨੇ ਬਟ ਦੋਜ਼ ਕੁਐਸਚਨਸ ਆਰ ਲੈਸ, ਠੀਕ ਹੈ, ਆਈ ਨੀਡ ਸਮ ਮੋਰ, ਉਸ ਤੋਂ ਬਾਅਦ ਆਪਾਂ ਅੱਗੇ ਕਿਊ ਐਨ ਏ ਵਲੌਗ ਬਣਾਵਾਂਗੇ। ਕਿਉਂ ਕੁੜੀਏ, ਉਹ ਕੁੜੀਏ ਕੀ ਕਰਾਂ ਜੀ, ਚੱਲ ਜਾ ਵਾਟਰਮੈਲਨ ਲੈ ਕੇ ਫਿਰ, ਬਾਏ ਬਾਏ ਬਾਏ, ਦੇਖ ਇੱਧਰ।
ਬਾਏ, ਜਲਦੀ ਲੈ ਕੇ ਆ ਜੀ। ਗਾਈਸ ਮੈਡਮ ਹੁਣੇ ਆ ਗਏ ਨੇ ਵਾਟਰਮੈਲਨ ਲੈ ਕੇ, ਆਪਣਾ ਫੇਵਰਟ, ਮੇਰਾ ਫੇਵਰਟ ਫਰੂਟ ਹੈ ਗਾਈਸ ਐਕਚੁਅਲੀ। ਤੇਰਾ ਕਿਹੜਾ ਤੈਨੂੰ? ਅਤੇ ਗਾਈਸ ਤੁਹਾਡਾ ਕਿਹੜਾ ਕਿਹੜਾ, ਕਮੈਂਟ ਸੈਕਸ਼ਨ ਵਿੱਚ ਪੱਕਾ ਕਮੈਂਟ ਕਰਕੇ ਦੱਸੋ ਤੁਹਾਡਾ ਕਿਹੜਾ ਕਿਹੜਾ ਫੇਵਰਟ ਫਰੂਟ ਹੈ। ਬਟ ਮੋਸਟਲੀ ਜੋ ਮੈਨੂੰ ਪਸੰਦ ਹੈ ਉਹ ਹੋ ਗਿਆ ਵਾਟਰਮੈਲਨ। ਤੈਨੂੰ ਵਾਟਰਮੈਲਨ ਔਰ ਮੈਂਗੋ ਔਰ ਐਪਲ। ਗਾਈਸ ਤੁਸੀਂ ਵੀ ਨਾਲ ਨਾਲ ਦੱਸਦੇ ਚਲੋ ਕਮੈਂਟ ਸੈਕਸ਼ਨ ਦੇ ਵਿੱਚ ਕਿਹੜਾ ਕਿਹੜਾ ਪਸੰਦ ਹੈ। ਔਰ ਔਰ ਚਾਰ ਹੀ ਹੋਏ ਤੂੰ ਕਹਿੰਦੀ, ਸਾਰੇ ਚਾਰ ਹੀ ਹੋਏ। ਗ੍ਰੇਪਸ ਬਲੈਕ ਵਾਲੇ ਔਰ ਗਾਵਾ ਲਾਲ ਵਾਲੇ ਔਰ ਜੋ ਇਹਨੇ ਖਾਂਦੇ ਰਹਿ ਗਈਆਂ ਸਰਦੀਆਂ 'ਚ ਤੇ ਉਹ ਭੁੱਲ ਗਈਆਂ। ਔਰੇਂਜ ਆਲ ਟਾਈਮ ਧੂੜ ਪੱਟੀ ਪਈ ਸੀ ਤੂੰ ਔਰੇਂਜਾਂ ਦੀ ਹੈ। ਬਸ ਬਸ ਔਰ ਨਹੀਂ, ਬਸ ਬਚਿਆ ਕੀ ਹੈ? ਮੇਰਾ ਇੱਕ ਹੋਰ ਹੈ, ਮੇਰਾ ਵੀ ਹੈ ਗਾਈਸ ਕੀਵੀ। ਕੀਵੀ ਮੈਨੂੰ ਪਸੰਦ ਹੈ, ਕੀਵੀ ਪਸੰਦ ਹੈ, ਗ੍ਰੇਪਸ ਪਸੰਦ ਨੇ, ਵਾਟਰਮੈਲਨ ਪਸੰਦ ਹੈ, ਖੱਕੜੀ ਪਸੰਦ ਹੈ। ਯੂ ਮਿਸ ਖੱਕੜੀ? ਯੂ ਮਿਸ ਖੱਕੜੀ? ਓ ਲੋ ਜੀ ਗਾਈਸ ਦੇਖੋ ਕਿੰਨਾ ਲਾਲ ਰੈਡ 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 ਹੈਗਾ। ਬਵਨੀ ਨੂੰ ਫੋਨ ਕਰ, ਖਾਂਦੇ ਹੀ ਉਹ ਕਹਿੰਦੀ ਸਦੇ ਮੈਂ ਕਰਾਏ ਬੱਚਾ। ਹੇ ਸ੍ਰੀ, ਕਾਲ ਬਵਨੀਕ। ਲੋ ਜੀ ਲੋ ਜੀ ਕਰ ਰਿਹਾ ਮੁੰਡੇ ਨੂੰ ਫੋਨ, ਦੇਖਦੇ ਹਾਂ ਬੋਲਾਂਗੇ ਕੁਝ ਹੋਰ ਇਹਨੂੰ। ਇਹਨੂੰ ਪਤਾ ਭਰਜਾਈ ਨੇ ਕੰਮ ਹੀ ਲਾਣਾ। ਹੈਲੋ ਇੱਧਰ ਆਈ, ਇੱਕ ਮਿੰਟ ਯਾਰ, ਇੱਕ ਮਿੰਟ ਇੱਧਰ ਆਈ। ਦੇਖ ਸੁਣਦਾ ਨਹੀਂ ਹੈ, ਕਦੇ ਨਾ ਨਹੀਂ ਕਰਦਾ। ਉਹਨੂੰ ਪਤਾ ਭਰਾ ਦਾ ਫੋਨ ਆਇਆ ਅਤੇ ਕਦੇ ਨਾ ਨਹੀਂ ਕਰਿਆ। ਲੈਟ ਮੀ ਟੇਸਟ ਵਨ ਵਾਟਰਮੈਲਨ ਐਂਡ ਤੈਨੂੰ ਵਾਹ ਵਾਹ ਟੇਸਟ ਹੈ। ਤੈਨੂੰ ਮੈਨੂੰ ਲੱਗਦਾ ਮੇਰੇ ਮੂੰਹ 'ਚ ਹੀ ਦਵਾਈਆਂ ਖਾ ਖਾ ਕੇ ਨਾ, ਮੈਨੂੰ ਲੱਗਦਾ ਮੇਰੇ ਨਾਲ ਹੀ ਕੁਝ ਹੋਇਆ। ਟੇਸਟ ਤੇ ਕਹਿੰਦੇ ਇੱਕ ਵਾਰ ਪਤਾ ਨਾ ਚੱਲੇ ਕਿਹੋ ਜਿਹਾ। ਸਰ ਜਾਨੀ ਹੋਣੀ, ਚੱਲ ਠੀਕ ਹੈ ਨਾ ਖਾ। ਬੈਠ ਕੇ ਖਾਣਾ ਉਹ ਇੱਧਰ ਇਕੱਠੇ ਖਾਂਗੇ, ਕੱਟਣ ਦੇ ਵੇਲੇ ਆਇਆ ਨੀ, ਪਹਿਲੇ ਹੀ ਖਾਣ ਲੱਗ ਪਿਆ। ਚੱਲ ਰਹਿੰਦੇ ਜੋ ਜਾਏਗਾ ਕਰ ਲਿਆ। ਮੁੰਡੇ ਨੂੰ ਬੁਲਾਇਆ ਆਪਾਂ ਵਾਟਰਮੈਲਨ ਖਾਣ ਲਈ। ਭਾਜੀ ਸਤਿ ਸ਼੍ਰੀ ਅਕਾਲ ਤੇ ਬੁਲਾ ਲਓ, ਕਿਤੇ ਵਿੱਚੋਂ ਵਲੋਗ ਦੇ ਵਿੱਚ ਆ ਰਹੇ ਹੋ ਤੁਸੀਂ। ਹਾਏ ਹੈਲੋ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਕੁਝ ਕਰੋ। ਤੁਹਾਡਾ ਤੇਰਾ ਫੇਵਰਟ ਕੀ ਹੈ? ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਲੇਕੁਮ ਸਲਾਮ ਕੀ ਹੈ? ਬੋਲਾ ਇੱਕ ਹੁੰਦਾ ਬੰਦੇ ਦਾ ਕੋਈ ਆਪਣਾ ਫੇਵਰੇਟ ਹੈ ਲੈਣਾ ਚਲੇਗੇ ਖਾਣਾ ਅਜਰਾ ਤੈਨੂੰ ਤਾਂ ਬੁਲਾਇਆ ਸੀ। ਉਹ ਜਾਂਦੀ ਹੈ ਬੜਾ ਤੇਜ਼ ਖਾ ਕੇ ਜਾਏਗਾ ਤੇ ਜਾਂਦਾ ਹੀ ਹੈ। ਬੋਲ ਕਿਹੜਾ ਜੇ ਬੋਲਦਾ ਨਹੀਂ ਪਿਆ, ਬੋਲ ਪਹਿਲੇ। ਪੰਜ ਕਿੰਨਾ ਕੁ ਇੱਕ ਲਾਈਨ ਸਾਰੇ ਦੇਖੇ ਕਰਦੇ ਵਿਊਅਰਸ ਦਿਖ ਰਹੀ। ਬੋਲ ਬਵਨੀਕ ਹੈ ਇੱਕ ਓਂਕਾਰ, ਬੋਲ ਇੱਕ ਓਂਕਾਰ, ਉਹਦੇ ਵਿੱਚ ਸਾਰੇ ਹੀ ਆ ਗਏ। ਤੁਹਾਨੂੰ ਤੇਰਾ ਸਤਿ ਸ਼੍ਰੀ ਅਕਾਲ। ਇਹ ਕੀ ਹੋ ਗਿਆ ਗਾਈਜ਼, ਇਹ ਤੇ ਖਿੱਚਣ ਲੱਗ ਪਏ।
ਲੋ ਜੀ ਮੁੰਡੇ ਨੂੰ ਬਚ ਗਿਆ ਡਕਾਰ ਤੇ ਤਨੂ ਦਾ ਵੀ ਹੋ ਗਿਆ ਕੰਮ ਖਤਮ ਪੂਰਾ ਵਾਟਰਮੈਲਨ ਵਾਲਾ ਤੇ ਆਪਾਂ ਕਰਨਾ ਹੁਣ ਵਲੌਗ ਦਾ ਐਂਡ ਆਈ ਹੋਪ ਇਸ ਵਲੌਗ ਨੂੰ ਵੀ ਤੁਸੀਂ ਬਾਕੀ ਵਲੌਗ ਜਿਹੜਾ ਬਹੁਤ ਜ਼ਿਆਦਾ ਪਿਆਰ ਦਿਓਗੇ ਗਾਈਸ ਤੇ ਘੰਟੋ ਘੰਟ ਕਮੈਂਟ ਕਰੋਗੇ ਤੇ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਪੱਕਾ ਦੱਸਣਾ ਕਿਹੜਾ ਫੇਵਰੇਟ ਫਰੂਟ ਹੈ ਗਾਈਸ ਤੇ ਹਾਂਜੀ ਚਲੋ ਚੁੱਕੋ ਹੁਣ ਭਾਜੀ ਭਰਜਾਈ ਹੋਣੀ ਪਵਨੀਕ ਦੀ ਸਮਝਾ ਰਹੇ ਹਨ ਕੀ ਕਰਨਾ ਕੀ ਨਹੀਂ ਕਰਨਾ ਸਾਰਾ ਮਟੀਰੀਅਲ ਮੁੰਡੇ ਨੂੰ ਦਿੱਤਾ ਜਾ ਕੈਚ ਇਟ ਵਾਓ ਕੈਚ ਇਟ ਫੋਨ ਨੂੰ ਜੇ ਵੀ ਉੱਚੀ ਪਾ ਸਕਦੇ ਜੇ ਮੈਂ ਫੱਟੇ ਦੇ ਇੱਥੇ ਬੰਦ ਜ਼ਰੂਰ ਸੀ ਟੁਕੜੇ ਯਾਰ ਇੱਥੇ ਬੰਦ ਥੇ ਤਦ ਰੱਜ ਕੇ ਬੰਦ ਕਰ ਜੇ ਲਵ ਯੂ ਗੁੱਡ ਨਾਈਟ ਬਾਏ ਬਾਏ ਕਰਨਾ ਇੱਧਰ ਦੇਖ ਕੇ ਬਾਏ ਕਰਨਾ ਬਾਏ ਬਾਏ ਸ਼ਾਬਾਸ਼ ਸੋ ਗਾਈਸ ਹੁਣ ਮਿਲਦੇ ਆ ਕਿਸੇ ਹੋਰ ਨਵੇਂ ਵਲੌਗ ਦੇ ਵਿੱਚ ਤਬ ਤੱਕ ਦੇ ਲਈ ਦਿਓ ਇਜਾਜ਼ਤ ਨਹੀਂ ਇਜਾਜ਼ਤ ਦੇਣ ਤੋਂ ਪਹਿਲੇ ਇੱਕ ਚੀਜ਼ ਯਾਦ ਆ ਗਈ ਸਾਨੂੰ ਤੁਹਾਨੂੰ ਇੱਕ ਮਿੰਟ ਰੁਕ ਜਾਣਾ ਰੁਕ ਬਾਏ ਬਾਏ ਕਰਦੇ ਬਾਏ ਸੋ ਗਾਈਸ ਜਿਹੜੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਜੇ ਚੀਜ਼ ਚੰਗੀ ਲੱਗਦੀ ਹੈ ਵਲੌਗ ਦੇ ਵਿੱਚ ਪੱਕਾ ਦੱਸਿਆ ਕਰੋ ਤੁਹਾਨੂੰ ਕਿੰਨੀ ਵਾਰ ਵਲੌਗ ਦੇ ਵਿੱਚ ਬੋਲਦਾ ਰਹਿੰਦਾ ਜਿਹੜੀ ਨਹੀਂ ਲੱਗਦੀ ਉਹ ਵੀ ਦੱਸੋ ਤਾਂ ਕਰਕੇ ਕਿ ਇੰਪਰੂਵਮੈਂਟ ਕਰ ਸਕਾਂ ਸੋ ਬਸ ਇਹੀ ਚੀਜ਼ ਬੋਲਣੀ ਸੀਗੀ ਤੇ ਹੁਣ ਮਿਲਦੇ ਹੁਣ ਕਿਸੇ ਨਵੇਂ ਵਲੌਗ ਦੇ ਵਿੱਚ ਤਬ ਤੱਕ ਦੇ ਲਈ ਦਿਓ ਇਜਾਜ਼ਤ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ ਗਾਈਜ਼।